ਗੁਰੂ ਨਾ ਜਾਣੇ ਮਤ ਭੇਦ ਸਿਖਾਵੇ ਨਾ ਮਨੁੱਖ ਲੜਾਈ। ਕਿਸੇ ਗੁਰੂ ਨੇ ਧਰਤੀ 'ਤੇ ਆ ਕੇ, ਇਹ ਨਹੀਂ ਕਿ ਜਿਹੜੇ 10 ਗੁਰੂ ਨੇ ਉਹਨਾਂ ਤੋਂ ਪਹਿਲਾਂ ਵੀ ਗੁਰੂ ਸਨ, ਜਿਹਨੂੰ ਸਾਹਿਬ ਨੇ ਲਿਖਿਆ ਬਾਣੀ ਵਿੱਚ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹੋ ਸਮਾਏ, ਗੁਰੂ ਈਸ਼ਵਰ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਹਮਾਏ। ਸਾਹਿਬ ਨੇ ਕਿਹਾ ਆਦਿ ਗੁਰੂ ਨੇ ਮੈਂ, ਜਗਾਦ ਗੁਰੂ ਨੇ ਮੈਂ, ਸਤਿਗੁਰੂ ਦੇਵ ਇਨ ਮੈਂ, ਸ਼੍ਰੀ ਗੁਰਦੇਵ ਇਨ ਮੈਂ, ਜਾਂ ਸਤਿਗੁਰੂ ਇਨ ਮੈਂ, ਕਿਹੜੀ ਤਾਕਨ। ਪ੍ਰੇਮ ਸ਼ਸਤਰ ਦੇਵਨ ਸਭੇ ਮਨ ਮਨਮੁਖ ਸੋਝ ਨਾ ਪਾਈ। ਸਾਰੇ ਪੈਗੰਬਰਾਂ ਨੇ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਪਿਆਰ ਦੇ ਸ਼ਸਤਰ ਦਿੱਤੇ ਸਨ ਕਿ ਜਾਓ ਪਿਆਰ ਨਾਲ ਜਿੱਥੋਂ ਤੱਕ ਲੋਕਾਂ ਨੂੰ। ਗੁਰੂ ਨਾਨਕ ਨੇ ਬਾਬਰ ਦੇ ਟਾਈਮ ਦੇ ਵਿੱਚ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤਸਲਾ ਕਰੇ ਗਿਆਨ ਵੇ ਲਾ ਲਓ, ਪਾਪ ਕੀ ਜੰਝਲਾ ਕਬ ਲੁਟਾਇਆ ਜੋਰੀ ਮੰਗੇ ਦਾਨ ਵੇ ਲਾ ਲਓ, ਕਹਿ ਕੇ ਜੋ ਉਹਨਾਂ ਨੇ ਸੁਨੇਹਾ ਦਿੱਤਾ ਉਹਦੇ ਨਾਲ ਉਹਨੇ ਇਹ ਨਹੀਂ ਕਿਹਾ ਭਾਈ ਲਾ ਲਓ ਬਾਬਰ ਆ ਗਿਆ ਤਲਵਾਰ ਚੁੱਕ ਲਓ ਬੰਦੂਕ ਫੜ ਲੈ। ਮਤ ਜਿਹੜਾ ਸ਼ਸਤਰ ਹੈ ਉਠਾਉਂਦਾ ਹੈ ਉਹ ਤੁਹਾਡਾ ਨਾਂ ਗੁਰੂ ਹੈ ਅਤੇ ਨਾ ਸਤਿਗੁਰੂ ਹੈ। ਜਿਹੜਾ ਤੁਹਾਨੂੰ ਪਿਆਰ ਸਿਖਾਉਂਦਾ ਹੈ ਉਹ ਤੁਹਾਡਾ ਭਰਾ ਵੀ ਹੈ, ਤੁਹਾਡਾ ਪਿਓ ਵੀ ਹੈ, ਤੁਹਾਡੀ ਮਾਂ ਵੀ ਹੈ, ਤੁਹਾਡੀ ਭੈਣ ਵੀ ਹੈ, ਤੁਹਾਡੀ ਪਤਨੀ ਹੈ, ਕਿਸੇ ਰਿਸ਼ਤੇ 'ਚ ਵੀ ਸਰੀਰ ਹੈ। ਦਰਸ਼ਨ ਦਾਸ ਰਹਿਮਤ ਮੰਗੇ ਕਰੋ ਨਾਥ ਰਗੜਾਈ, ਹੇ ਦਾਤਾ ਰਹਿਮਤ ਮੰਗਦੇ ਹਾਂ। ਇਹ ਤਾਂ ਸੀ ਇਹਨਾਂ ਦਾ ਬਾਹਰੀ ਢਾਂਚਾ।